ਜਦੋਂ ਤੁਸੀਂ ਡਿਪਟੀ ਕੁਰੀਏ ਨੂੰ ਬਹੁਤ ਵੱਡੀ ਲੀਡ ਤੇ ਹਰਾਮੇ ਤਾਂ ਜਿਹੜੇ 2 ਸਾਲ ਬਾਅਦ ਇਲੈਕਸ਼ਨ ਆਉਣੇ ਆ। ਅਕਸਰ ਲੀਡਰਾਂ ਦੀ ਸਟੇਜ ਦੇ ਉੱਪਰ ਤੁਸੀਂ ਜਵਾਨ ਫਿਸੜਦੀ ਤਾਂ ਦੇਖੀ ਹੋਣੀ ਹੈ, ਜਿਸ ਤੋਂ ਬਾਅਦ ਉਹ ਮਜ਼ਾਕ ਦਾ ਪਾਤਰ ਵੀ ਬਣਦੇ ਨੇ। ਅਤੇ ਅਜਿਹਾ ਹੀ ਮਾਮਲਾ ਇੱਕ ਵਾਰ ਪੰਜਾਬ ਦੀ ਸਿਆਸਤ ਫਿਰ ਸਾਹਮਣੇ ਆਇਆ ਜਲਾਲਾਬਾਦ ਤੋਂ। ਜੀ ਹਾਂ, ਦਰਅਸਲ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਕਾਲੀ ਦਲ ਦੇ ਜਲਾਲਾਬਾਦ ਤੋਂ ਉਮੀਦਵਾਰ ਰਾਜ ਸਿੰਘ ਡਿੱਬੀਪੁਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ, ਅਤੇ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੂਦ। ਜਨਮੇਜਾ ਸਿੰਘ ਸੇਖੋਂ ਸਟੇਜ ਤੋਂ ਲੋਕਾਂ ਨੂੰ ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਵੋਟ ਪਾਉਣ ਲਈ ਅਪੀਲ ਕਰ ਰਹੇ ਸਨ। ਹਾਲੇ ਜਨਮੇਜਾ ਸਿੰਘ ਸੇਖੋਂ ਨੇ ਅਪੀਲ ਕਰਨੀ ਹੀ ਸੀ ਕਿ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਤੋਂ ਬਾਅਦ ਜਿਵੇਂ ਹੀ ਡਿੱਬੀਪੁਰ ਦੇ ਲਈ ਉਹ ਵੋਟ ਮੰਗਣ ਲੱਗੇ ਤਾਂ ਉਹ ਇਸ ਤਰੀਕੇ ਦੇ ਨਾਲ ਜੋਸ਼ ਦੇ ਵਿੱਚ ਆ ਗਏ ਕਿ ਉਹ ਭੁੱਲ ਗਏ ਕਿ ਉਹ ਕੀ ਕਹਿ ਗਏ। ਦਰਅਸਲ ਜਨਮੇਜਾ ਸਿੰਘ ਸੇਖੋਂ ਨੇ ਸਟੇਜ ਤੋਂ ਰਾਜ ਸਿੰਘ ਡਿੱਬੀਪੁਰਾ ਨੂੰ ਹਰਾਉਣ ਦੀ ਗੱਲ ਕਹਿ ਦਿੱਤੀ। ਜੀ ਹਾਂ, ਤੁਸੀਂ ਸਹੀ ਸੁਣਿਆ। ਇੱਕ ਵਾਰ ਤੁਸੀਂ ਖੁਦ ਹੀ ਸੁਣੋ ਕਿ ਕੀ ਕਿਹਾ ਜਨਮੇਜਾ ਸਿੰਘ ਸੇਖੋਂ ਨੇ। ਜਦੋਂ ਤੁਸੀਂ ਡਿੱਬੀਪੁਰੀਏ ਨੂੰ ਬਹੁਤ ਵੱਡੀ ਲੀਡ ਤੇ ਹਰਾਮੇ ਤਾਂ ਜਿਹੜੇ 2 ਸਾਲ ਬਾਅਦ ਇਲੈਕਸ਼ਨ ਆਉਣੇ ਆ ਤਾਂ ਸੁਣਿਆ ਤੁਸੀਂ, ਜਨਮੇਜਾ ਸਿੰਘ ਸੇਖੋਂ ਰਾਜ ਸਿੰਘ ਡਿੱਬੀਪੁਰਾ ਨੂੰ ਜਿਤਾਉਣ ਦੀ ਥਾਂ ਹਰਾਉਣ ਦੀ ਗੱਲ ਕਰੇ। ਹਾਲਾਂਕਿ ਇਸ ਤੋਂ ਬਾਅਦ ਇੱਕ ਅਕਾਲੀ ਲੀਡਰ ਦੇ ਕਹਿਣ 'ਤੇ ਜਨਮੇਜਾ ਸਿੰਘ ਸੇਖੋਂ ਨੇ ਆਪਣੀ ਵਰਡਿੰਗ ਨੂੰ ਠੀਕ ਕਰਦਿਆਂ ਕਿਹਾ ਕਿ ਮੈਂ ਤਾਂ ਰਾਜ ਸਿੰਘ ਡਿੱਬੀਪੁਰਾ ਨੂੰ ਹਰਾਉਣ ਦੀ ਨਹੀਂ ਬਲਕਿ ਜਿਤਾਉਣ ਦੀ ਗੱਲ ਕਰ ਰਿਹਾ। ਪਰ ਜਨਮੇਜਾ ਸਿੰਘ ਸੇਖੋਂ ਵੱਲੋਂ ਰਾਜ ਸਿੰਘ ਡਿੱਬੀਪੁਰਾ ਨੂੰ ਹਰਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ, ਜਿਸ ਤੋਂ ਬਾਅਦ ਉਹ ਮਜ਼ਾਕ ਦਾ ਪਾਤਰ ਵੀ ਬਣ ਰਹੇ ਨੇ। ਰਿਪੋਰਟ D5 ਚੈਨਲ ਪੰਜਾਬੀ।